ਸਾਡੇ ਇੱਥੇ ਆਉਣ ਦਾ ਮਕਸਦ ਸਾਡਾ ਇਹ ਸਾਰਾ ਇਤਮਾਮ ਕਰਨ ਦਾ ਮਕਸਦ ਤੁਹਾਡੇ ਸਾਰਿਆਂ ਦਾ ਇਕੱਠਾ ਹੋਣ ਦਾ ਮਕਸਦ ਪੀਪੀ 237 ਦੇ ਵਿੱਚ ਜੋ ਇਲੈਕਸ਼ਨ ਹੋ ਰਹੀ ਹੈ ਉਸ ਇਲੈਕਸ਼ਨ ਦੀ ਮਿਹਨਤ ਕਰਨ ਦਾ ਮਕਸਦ ਸਿਰਫ ਇੱਕ ਹੀ ਹੈ ਕਿ ਨਿਜ਼ਾਮੇ ਮੁਸਤਫਾ ਆ ਜਾਵੇ ਤੇ ਨਿਜ਼ਾਮੇ ਮੁਸਤਫਾ ਆਉਣਾ ਕਿਵੇਂ ਹੈ ਆਪਣੇ ਵੋਟਾਂ ਦੀ ਵਜ੍ਹਾ ਤੋਂ ਆਉਣਾ ਹੈ ਕਿਉਂਕਿ ਗੱਲਾਂ ਦੋ ਤਰ੍ਹਾਂ ਕਰ ਲਈਏ ਮੁਕਤਸਰ ਜੀ ਟਾਈਮ ਥੋੜਾ 3-4 ਮਿੰਟ ਦੇ ਤੇ ਆਪਾਂ ਸਾਰੇ ਰਲ ਕੇ ਵੋਟ ਦਿਸ਼ਾ ਤੇ ਨਿਜ਼ਾਮੇ ਮੁਸਤਫਾ ਆਸੀ ਇਹ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਨਿਜ਼ਾਮੇ ਮੁਸਤਫਾ ਵਾਸਤੇ ਵੋਟ ਦਈਏ ਕਿਹੜਾ ਕਿਹੜਾ ਬੰਦਾ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਨਿਜ਼ਾਮੇ ਮੁਸਤਫਾ ਆ ਜਾਵੇ ਬਲਕਿ ਪੂਰੀ ਦੁਨੀਆ ਦੇ ਇਨਸ਼ਾਅੱਲਾ ਆਵੇਗਾ ਦੇ ਹਜ਼ੂਰ ਦਾ ਇਹਦੇ ਵਾਸਤੇ ਆਪਣੇ ਵੋਟਾਂ ਦੀ ਲੋੜ ਹੈ ਇਹ ਤੁਹਾਡੇ ਅੱਗੇ ਪਾਰਟੀਆਂ ਸਾਰੀਆਂ ਤੁਹਾਡੇ ਕੋਲ ਨੇ ਤੁਸੀਂ ਵੀ ਅੰਦਰ ਆਉਂਦੇ ਹੋ ਨੂਨ ਲੀਗ ਵੀ ਹੈ ਪਿਟਦੀ ਆਈ ਵੀ ਹੈ ਤਹਿਰੀਕ ਲਬੈਕ ਵੀ ਹੈ ਸਾਰਿਆਂ ਦੇ ਮਨਸੂਰ ਤੁਸੀਂ ਤੁਹਾਨੂੰ ਪਤਾ ਸੀ ਜਾਂ ਨਹੀਂ ਪਤਾ ਤਾਂ ਸਾਡੀ ਕਿਆਦਤ ਤੁਹਾਨੂੰ ਦੱਸਿਆ ਕਿ ਇਹਦਾ ਟਾਈਮ ਕੋਈ ਹੈ ਕਿ ਮੈਂ ਤੁਹਾਨੂੰ ਸਾਰਿਆਂ ਦਾ ਮਨਸੂਰ ਦੱਸਾਂ ਸੁਣ ਲਈ ਸਭ ਤੁਸੀਂ ਹੋਣਾ ਹੈ ਕਿਉਂਕਿ ਜਿਹੜੀ ਦੋ ਗੱਲਾਂ ਹੈ ਮੈਨੂੰ ਉਹ ਤੁਹਾਡੇ ਨਾਲ ਕਰ ਲਵਾਂ ਕਿ ਸਾਡੇ ਕੈਂਡੀਡੇਟ ਨੂੰ ਵੀ ਤੁਸੀਂ ਇਨਸ਼ਾਅੱਲਾ ਪਹਿਲੇ ਵੀ ਜਾਣਦੇ ਹੋ ਹੁਣ ਵੀ ਤੁਸੀਂ ਵੇਖੋ ਸੀ ਇਨਸ਼ਾਅੱਲਾ ਇਲੈਕਸ਼ਨਾਂ ਦੇ ਬਾਅਦ ਵੀ ਤੁਸੀਂ ਵੇਖੋਗੇ ਤੇ ਇਹਨਾਂ ਦੇ ਕੈਂਡੀਡੇਟਾਂ ਨੂੰ ਵੀ ਤੁਸੀਂ ਜਾਣਦੇ ਹੋ ਕਿ ਇਸ ਤਰੀਕੇ ਦੇ ਜ਼ਾਲਮ ਹਨ ਚੋਰ ਹਨ ਲੁਟੇਰੇ ਹਨ ਜਿਨ੍ਹਾਂ ਨਾਲ ਲੁੱਟੇ ਵੀ ਹੈ ਤੇ ਤੁਹਾਡੇ ਅੱਗੇ ਇੱਕ ਗੁਜ਼ਾਰਿਸ਼ ਹੈ ਕਿ ਮਿਹਰਬਾਨੀ ਕਰੋ ਕਿ ਆਦਾ ਵੋਟ ਦੇ ਦੇ ਤੇ ਨਿਜ਼ਾਮੇ ਮੁਸਤਫਾ ਨੂੰ ਤਖਤ ਤੇ ਲਿਆਓ ਕਿਉਂਕਿ ਗੱਲ ਤੁਹਾਡੇ ਨਾਲ ਮੈਂ ਇੱਕ ਮੁਕਾ ਦੇਣਾ ਕਿ ਗੱਲ ਉਹ ਹੁੰਦੀ ਜਿਹੜਾ ਬੰਦਾ ਸਿੱਧੀ ਸਾਹਮਣੇ ਬੈਠ ਕੇ ਕਰੇ ਤੁਸੀਂ ਬਾਕੀ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਬਾਣ ਉਹਨਾਂ ਦੀ ਕਿਆਦਤ ਤੇ ਉਹਨਾਂ ਦੇ ਵਰਕਰ ਹੈ ਤੁਸੀਂ ਇੱਥੇ ਲੈ ਆਓ ਮੈਂ ਇਹਨਾਂ ਉਲਮਾ ਦੇ ਜੁਟੀਆਂ ਦੇ ਸਦਕੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਮੈਂ ਉਹਨਾਂ ਨੂੰ ਇੱਥੇ ਬੈ ਕੇ ਸਾਬਤ ਕਰਾਂਗਾ ਕਿ ਉਹ ਗਲਤ ਉਹ ਦੀਨ ਦੀ ਮੁਖਾਲਫਤ ਕਰ ਰਹੇ ਨੇ ਦੀਨ ਦੇ ਗੱਦਾਰ ਹੈ ਦੀਨ ਦੇ ਗੱਦਾਰਾਂ ਦੇ ਨਾਲ ਚੱਲਦੇ ਪਏ ਮੈਂ ਬੈ ਕੇ ਸਾਬਤ ਕਰ ਸਕਣਾ ਮੇਰੀ ਵੀਡੀਓ ਵੀ ਬਣਦੀ ਪਈ ਹੈ ਉਹ ਸੁਣਦਾ ਵੀ ਪਿਆ ਉਸੇ ਮੈਂ ਬੈ ਕੇ ਸਾਬਤ ਕਰਨ ਤੇ ਤਿਆਰ ਹਾਂ ਜਿਹੜੇ ਇੱਥੇ ਕੈਂਡੀਡੇਟ ਲੜਦੇ ਪਏ ਦੁਨੀਆ ਜਮਾਤਾਂ ਚ ਉਹਨਾਂ ਨੂੰ ਬੈ ਕੇ ਮੈਂ ਸਾਬਤ ਕਰਨਾ ਕਿ ਉਹ ਗਲਤ ਹੈ ਉਹ ਦੀਨ ਦੇ ਗੱਦਾਰ ਹੈ ਕੁਫਾਰ ਦੇ ਯਾਰਾਂ ਨਾਲ ਚੱਲਦੇ ਪਏ ਜੇ ਅਗਰ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਗੱਦਾਰ ਹੈ ਜਾਂ ਸਾਨੂੰ ਸਾਬਤ ਕਰਨ ਅਸੀਂ ਦੀਨ ਦਾ ਗੱਦਾਰ ਹੈ ਜਾਂ ਸਾਨੂੰ ਸਾਬਤ ਕਰਨ ਅਸੀਂ ਗਲਤ ਹੈ ਤੇ ਜਦੋਂ ਤੁਹਾਨੂੰ ਹੁਣ ਪਤਾ ਲੱਗਾ ਖੜਾ ਕੋ ਸਾਰੇ ਗਲਤ ਹੈ ਉਹ ਦੀਨ ਦੇ ਗੱਦਾਰ ਹੈ ਤਾਂ ਫਿਰ ਵੀ ਤੁਸੀਂ ਜਿਹੜਾ ਉਹਨਾਂ ਨੂੰ ਵੋਟ ਦਿਓ ਤਾਂ ਫਿਰ ਤੁਸੀਂ ਇਹਦਾ ਮਤਲਬ ਨਹੀਂ ਚਾਹਦੇ ਕਿ ਨਿਜ਼ਾਮੇ ਮੁਸਤਫਾ ਆਵੇ ਤੁਹਾਨੂੰ ਅਸੀਂ ਸਾਬਤ ਕਰਨ ਨੂੰ ਤਿਆਰ ਹੈ ਨਾ ਤੁਹਾਨੂੰ ਅਸੀਂ ਦੱਸਾਂਗੇ ਉਹਨਾਂ ਨੂੰ ਸਾਡੇ ਕੋਲ ਸਤੋ ਜਾਂ ਮੈਨੂੰ ਲੈ ਜਾਓ ਨਾ ਕੋਈ ਜਿੱਥੇ ਦਿਲ ਕਰਦਾ ਨਾ ਮੇਰੇ ਨਾਲ ਬੈਠ ਕੇ ਗੱਲ ਕਰਨ ਕਿਉਂਕਿ ਸਾਡੇ ਉਲਾ ਮਾਂ ਦਾ ਰੁਤਬਾ ਹੀ ਮਾਸ਼ਾ ਲੱਗਿਆ ਹੈ ਉਹਨਾਂ ਵਾਸਤੇ ਅਲਹਮਦੁਲਿਲਾ ਬਾਬਾ ਕਦਮ ਸੇਰੀ ਸਾਹਿਬ ਦੀ ਤਕਰੀਰ ਦਾ ਪ੍ਰਚਾਰ ਨੂੰ ਸੁਣ ਕੇ ਮੈਂ ਬੜਾ ਖੁਲਾਇਆ ਬੋਲੀਆਂ ਨੂੰ ਪਾੜੇ ਬੰਦਾ ਮੈਂ ਕਿ ਅਲਹਮਦੁਲਿਲਾ ਮੈਂ ਉਹਨਾਂ ਨੂੰ ਸਾਬਤ ਕਰ ਦੱਸਾਂ ਕੋ ਦੀਨ ਦਾ ਗੱਦਾਰ ਹੈ ਤੇ ਅਗਰ ਤੁਹਾਨੂੰ ਪਤਾ ਹੈ ਬਾਕੀ ਜਿਹੜੇ ਦੋਸਤ ਇਸ ਇਲਾਕੇ ਦੇ ਰਹਿੰਦੇ ਹਨ ਉਹ ਵੀ ਜਾਣਦੇ ਨੇ ਜੋ ਕਿਹੜੇ ਵੱਡੇ ਜ਼ਾਲਮ ਹਨ ਕਿਹੜੇ ਵੱਡੇ ਗੁਨਾਹਗਾਰ ਹਨ ਕਿਸ ਤਰੀਕੇ ਉਹ ਲੋਕਾਂ ਦਾ ਹੱਕ ਮਾਰਦੇ ਆ ਤੇ ਫਿਰ ਵੀ ਤੁਸੀਂ ਉਹਨਾਂ ਨੂੰ ਵੋਟ ਦਿਓ ਉਹਨਾਂ ਲੋਟਿਆਂ ਨੂੰ ਤੇ ਫਿਰ ਤੁਸੀਂ ਨਹੀਂ ਚਾਹਦੇ ਨਿਜ਼ਾਮੇ ਮੁਸਤਫਾ ਜੇ ਕਿਉਂਕਿ ਤੁਹਾਨੂੰ ਜਦੋਂ ਪਤਾ ਲੱਗ ਗਿਆ ਬਾਬਾ ਜੀ ਫਰਮਾਉਂਦੇ ਆ ਨਾ ਕਿ ਨਿੱਗੀ ਚਾਦਰ ਤਾਣ ਕੇ ਸੌਂ ਗਏ ਮਾਲਕ ਚੋਰ ਪਛਾਣ ਕੇ ਸੌਂਦਾ ਲੁੱਟਣ ਵਾਲਿਆ ਰਜ ਕੇ ਲੁੱਟਿਆ ਜਾਗਣ ਵਾਲੇ ਜਾਣ ਕੇ ਸੌਂ ਗਏ ਤੁਸੀਂ ਹੁਣ ਜਾਗ ਜਾਣ ਤੇ ਸੌਂਦੇ ਪਏ ਨੇ ਤੇ ਤੁਹਾਡੀ ਮਿਹਰਬਾਨੀ ਤੁਸੀਂ ਇਹ ਜਿਹੜਾ ਵੋਟ ਤੁਸੀਂ ਦੇਣਾ ਹੈ ਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਤਹਫੁਜ਼ ਤੁਹਾਨੂੰ ਇਹ ਹਜ਼ੂਰ ਦਾ ਗੁਲਾਮ ਦੇਣਗੇ ਤਹਫੁਜ਼ ਦੇਵਾਂਗੇ ਤਹਫੁਜ਼ ਨਾ ਨਹੀਂ ਤਾਂ ਫਿਰ ਕਹਿਣਾ ਜਿਹੜੇ ਪੀਪੀ 237 ਜਿਹੜੇ ਇੱਥੇ ਹਜ਼ਰਤ ਮੌਜੂਦ ਹਨ ਉਹਨਾਂ ਨੂੰ ਬੜਾ ਪਤਾ ਕਿ ਲੱਭੇ ਕਿਵੇਂ ਤਹਫੁਜ਼ ਦਿੰਦੀ ਹੈ ਅਸੀਂ ਤਹਫੁਜ਼ ਦਿੱਤਾ ਹਾਂ ਇਹਨਾਂ ਲੋਟਿਆਂ ਦੀ ਕਿ ਉਕਾਰੇਗਾ ਹਜ਼ੂਰ ਦੇ ਗੁਲਾਮਾਂ ਦੇ ਅੱਗੇ ਆ ਜਾਣਾ ਅਸੀਂ ਹਜ਼ੂਰ ਦੇ ਗੁਲਾਮਾਂ ਨੂੰ ਤਹਫੁਜ਼ ਦੇਵਾਂਗੇ ਤੇ ਜੇ ਅੱਗੂ ਆਇਆ ਤੇ ਇਹਨਾਂ ਦਾ ਹਾਲ ਉਹੀ ਹੋ ਸਕਦਾ ਹੈ ਜਿਹੜਾ ਜੈਮਲਪੁਰ ਰੱਤੇ ਕੇ ਕੀਤਾ ਤੇ ਮਿਰਜ਼ਾ ਕੇ ਅੰਡੇ ਰੁੱਤੇ ਕੀਤਾ ਅੱਲਾਹ ਦੇ ਹੁਕਮ ਨਾਲ ਇਹਨਾਂ ਦਾ ਹਾਲ ਜਿਹੜਾ ਹੁਣ ਉਹ ਸੀ ਇਹ ਵੇਖ ਕੇ ਅੱਗੇ ਜੈਮਲਪੁਰ ਰੱਤੇ ਕੇ ਇਹਨਾਂ ਹਜ਼ੂਰ ਦੇ ਗੁਲਾਮਾਂ ਦਾ ਰਾਜ ਹੋਗਾ ਇਹਨਾਂ ਨੂੰ ਪਤਾ ਲੱਗਾ ਕਿ ਕਿਹਨਾਂ ਹਜ਼ੂਰ ਦੇ ਗੁਲਾਮਾਂ ਦਾ ਰਾਜ ਹੋਗਾ ਫਿਰ ਮਿਰਜ਼ਾ ਕੇ ਅੰਡੇ ਰੁੱਤੇ ਨਾਲ ਬਦਮਾਸ਼ੀ ਕੀਤੀ ਘਰ ਦੇ ਵਿੱਚ ਬਦਮਾਸ਼ੀ ਕੀਤੀ ਤੇ ਅਲਹਮਦੁਲਿਲਾ ਇਹਨਾਂ ਥੱਲੇ ਵੀ ਚੱਲੇ ਤਾਂ ਤੁਹਾਨੂੰ ਪਤਾ ਜਦੋਂ ਗਰੂ ਥੱਲੇ ਪਵੇ ਨਾ ਉਹਦਾ ਬੰਦਾ ਤਾਂ ਸੁਲਾ ਹੋ ਜਾਣਾ ਨਾ ਵੀ ਵਕਤ ਔਖਾ ਆ ਜਾਂਦਾ ਹੈ ਇਹਨਾਂ ਦਾ ਹੁਣ ਵਕਤ ਜਾਣਾ ਖਰਾਬ ਸ਼ੁਰੂ ਹੋ ਗਿਆ ਇਹਨਾਂ ਨੂੰ ਗਰੂ ਥੱਲੇ ਪਵਣ ਲੱਗ ਗਿਆ ਤਾਂ ਤੁਸੀਂ ਮਿਹਰਬਾਨੀ ਕਰੋ ਜੇ ਅਗਰ ਤੁਸੀਂ ਵੋਟ ਫਿਰ ਵੀ ਇਹਨਾਂ ਨੂੰ ਦਿੰਦੇ ਹੋ ਤਾਂ ਫਿਰ ਤੁਸੀਂ ਬਿਲਕੁਲ ਗੁਨਾਹਗਾਰ ਨੇ ਕਿਉਂਕਿ ਤੁਹਾਨੂੰ ਹੁਣ ਅਸੀਂ ਦੱਸੀ ਜਾਂਦੇ ਹਾਂ ਅੱਗੇ ਤੁਹਾਨੂੰ ਨਹੀਂ ਪਤਾ ਤਾਂ ਹੁਣ ਅਸੀਂ ਦੱਸ ਦਿੱਤਾ ਹੈ ਅਸੀਂ ਕਹਿ ਦੇਵਾਂਗੇ ਯਾ ਰਸੂਲ ਅੱਲਾਹ ਅਸੀਂ ਦੱਸ ਦਿੱਤਾ ਸੀ ਇਸ ਆਵਾਮ ਨੂੰ ਕਿ ਚੋਰ